ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਅਸੀਂ ਜਿਵੇਂ ਕੱਲ੍ਹ ਆਪ ਨਾਲ ਗੱਲ ਕਰ ਰਹੇ ਸੀ ਕਿ ਬਹੁਤ ਹੀ ਮਹੱਤਵਪੂਰਨ ਮਸਲਾ ਸੀ ਸ੍ਰੀ ਸਾਹਿਬ ਦੀ ਰਾਖੀ ਦਾ, ਸ੍ਰੀ ਸਾਹਿਬ ਦਾ ਹੱਕ ਜਿਹੜਾ ਅਕਾਲੀ ਹੱਕ ਹੈ, ਜਿਹੜਾ ਇਲਾਹੀ ਹੱਕ ਹੈ, ਉਸ ਤੋਂ ਸਾਨੂੰ ਵਾਂਝਿਆਂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਔਰ ਇਹ ਕੌਮੀ ਮਸਲਾ ਹੈ, ਕਿਸੇ ਇੱਕ ਤੜੇ ਦਾ, ਕਿਸੇ ਇੱਕ ਇਲਾਕੇ ਦਾ ਜਾਂ ਕੁਛ ਗਰੁੱਪ ਦਾ ਮਸਲਾ ਨਹੀਂ ਹੈ, ਸਾਰੀ ਕੌਮ ਦਾ ਮਸਲਾ ਹੈ, ਸਾਰੀ ਕੌਮ ਦਾ ਮੁੱਦਾ ਹੈ। ਤੁਹਾਡੇ ਵਿਚਾਰ ਬਹੁਤ ਹੀ ਅਹਿਮ ਸਨ, ਕੀਮਤੀ ਸਨ, ਪਰ ਸਮੇਂ ਦੀ ਘਾਟ ਕਰਕੇ ਅਸੀਂ ਆਪ ਦੇ ਵਿਚਾਰ ਸਮੇਂ ਦੀ ਘਾਟ ਕਰਕੇ ਨਹੀਂ ਲੈ ਸਕੇ, ਬਹੁਤ ਘੱਟ ਲਏ। ਅੱਜ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਆਪ ਦੇ ਵਿਚਾਰ ਪੂਰੇ ਲਈਏ ਔਰ ਉਸ ਦੇ ਬਾਰੇ ਆਪ ਕੀ ਚਾਹੁੰਦੇ ਹੋ, ਕਿਸ ਤਰ੍ਹਾਂ ਕੀ ਅਗਵਾਈ ਕਿਵੇਂ ਕਰਨਾ ਚਾਹੀਦਾ ਹੈ, ਉਸ ਦੇ ਹਰ ਪੱਖ ਦੇ ਉੱਤੇ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਆਪ ਦੀਆਂ ਕਾਲਸ ਲੈ ਸਕੀਏ। ਫਾਰਮੈਟ ਦੇ ਮੁਤਾਬਿਕ ਪਹਿਲਾਂ ਕੁਝ ਸੁਰਖੀਆਂ ਹਨ, ਚੋਣਵੀਆਂ ਸੁਰਖੀਆਂ, ਉਹ ਆਪ ਨਾਲ ਸਾਂਝੀਆਂ ਕਰਾਂਗੇ ਔਰ ਉਸ ਦੇ ਬਾਅਦ ਸਾਡੀ ਕੋਸ਼ਿਸ਼ ਹੋਏਗੀ ਕਿ ਪੱਖ ਦੇ ਮਸਲੇ 'ਤੇ, ਉਸ ਅਹਿਮ ਮੁੱਦੇ ਦੇ ਉੱਤੇ, ਜੇਕਰ ਪੰਜਾਬ ਤੋਂ ਅਸੀਂ ਅਹਿਮ ਮਹਿਮਾਨ ਨੂੰ, ਵਿਦਵਾਨ ਮਹਿਮਾਨ ਨੂੰ ਅਸੀਂ ਆਪਦੇ ਰੂਬਰੂ ਕਰ ਸਕੀਏ। ਅਸੀਂ ਬਹੁਤ ਹੀ ਗੰਭੀਰ ਔਰ ਮੁੱਢਲੇ ਮੁੱਦੇ ਦੇ ਉੱਤੇ ਕੱਲ੍ਹ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਸੀ ਉਹ ਸੀ ਸ੍ਰੀ ਸਾਹਿਬ ਬਾਰੇ, ਤਲਵਾਰ, ਕਿਰਪਾਨ, ਸ੍ਰੀ ਸਾਹਿਬ। ਤਲਵਾਰ ਤਾਂ ਅਸੀਂ ਬਾਜ਼ਾਰੋਂ ਲੈ ਸਕਦੇ ਹਾਂ, ਪਰ ਜਦੋਂ ਤਲਵਾਰ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਸਮਝ ਕੇ, ਗੁਰੂ ਦੀ ਰਹਿਮਤ ਕਰਕੇ ਜਦੋਂ ਧਾਰਨ ਕੀਤੀ ਜਾਏ ਤਾਂ ਫਿਰ ਉਹ ਸ੍ਰੀ ਸਾਹਿਬ ਹੋ ਜਾਂਦੀ ਹੈ, ਉਹ ਕਿਰਪਾਨ ਹੋ ਜਾਂਦੀ ਹੈ। ਭਾਰਤ ਦੇ ਵਿੱਚ ਵੀ ਸੰਵਿਧਾਨ ਮੁਤਾਬਕ ਹਰ ਵਿਅਕਤੀ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦਾ, ਪ੍ਰਚਾਰ ਕਰਨ ਦਾ, ਪ੍ਰਸਾਰ ਕਰਨ ਦਾ, ਮੈਨੇਜ ਕਰਨ ਦਾ ਕਾਨੂੰਨੀ ਸੰਵਿਧਾਨਕ ਹੱਕ ਹੈ। ਔਰ ਧਾਰਾ 25 ਦੀ 25(1) ਦੀ ਵਿਆਖਿਆ ਦੇ ਮੁਤਾਬਕ, ਮੈਂ ਸਹੀ ਲਫਜ਼ ਪੜ੍ਹਦਿਆਂ, ਉਹਦੇ ਵਿੱਚ ਲਿਖਿਆ ਹੈ ਕਿ ਦ ਵੀਅਰਿੰਗ ਐਂਡ ਕੇਅਰਿੰਗ ਆਫ ਕਿਰਪਾਨਸ, ਕਿਰਪਾਨ ਵੀ ਨਹੀਂ ਲਿਖਿਆ, ਕਿਰਪਾਨਸ ਪਲੂਰਲ ਵਿੱਚ ਹੈ, ਦ ਵੀਅਰਿੰਗ ਐਂਡ ਕੇਅਰਿੰਗ ਆਫ ਕਿਰਪਾਨਸ ਸ਼ੈਲ ਬੀ ਡੀਮਡ ਟੂ ਬੀ ਇਨਕਲੂਡਡ ਇਨ ਦੀ ਪ੍ਰੋਫੈਸ਼ਨ ਆਫ ਸਿੱਖ ਰਿਲੀਜਨ। ਇਹ ਹੈ ਕਿ ਜਦੋਂ ਵੀ ਕੋਈ ਸਿੱਖ ਕਿਰਪਾਨ ਧਾਰਨ ਕਰਦਾ ਜਾਂ ਪੋਜੈਸ ਕਰਦਾ, ਪਹਿਨਦਾ ਹੈ, ਉਹ ਆਪਣੇ ਧਰਮ ਦੀ ਪਾਲਣਾ ਕਰ ਰਿਹਾ ਹੁੰਦਾ। ਸਾਡੇ ਸਰਵੋੱਚ ਨਿਸ਼ਾਨ ਨਿਸ਼ਾਨ ਸਾਹਿਬ ਦੇ ਉੱਤੇ ਵੀ ਕਿਰਪਾਨਾਂ ਦਾ ਨਿਸ਼ਾਨ ਹੈ। ਜਦੋਂ ਸਿੱਖ ਕਿਸੇ ਗੁਰਦੁਆਰੇ ਨੂੰ ਨਮਸਕਾਰ ਦੂਰੋਂ ਕਰਦਾ ਹੈ, ਉਹ ਸਾਹਮਣੇ ਦੁਤਾਰਾ ਖੰਡਾ ਅਤੇ ਉਹ ਸ੍ਰੀ ਸਾਹਿਬ ਨਜ਼ਰ ਆਉਂਦੀ ਹੈ। ਪਰ ਸਮੇਂ ਦੇ ਉੱਤੇ ਇਸ 'ਤੇ ਪਾਬੰਦੀਆਂ ਲੱਗਦੀਆਂ ਰਹੀਆਂ। ਪਰ ਜਿਹੜੀ ਸਭ ਤੋਂ ਅਫਸੋਸਨਾਕ ਗੱਲ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਪਾਬੰਦੀ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਮਗਰ ਕੌਮੀ ਤੌਰ ਦੇ ਉੱਤੇ ਜੋ ਆਵਾਜ਼ ਉੱਠੀ ਹੈ, ਕੱਲ੍ਹ ਆਪਨੇ ਜਥੇਦਾਰ ਅਵਤਾਰ ਸਿੰਘ ਪਾਸੋਂ ਸੁਣਿਆ ਸੀ ਕਿ ਉਹਨਾਂ ਨੇ SGPC ਦੇ ਪ੍ਰਧਾਨ ਦੇ ਬਤੌਰੇ ਉਹ ਸਾਰਿਆਂ ਨੂੰ ਮਿਲੇ। ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਬਹੁਤ ਸੀਨੀਅਰ ਪੱਤਰਕਾਰ ਹਨ, ਸਰਦਾਰ ਮਨਮੋਹਨ ਸਿੰਘ ਢਿੱਲੋਂ, ਜਿਹੜੇ ਪੰਜਾਬੀ ਟ੍ਰਿਬਿਊਨ ਦੇ ਵਰਿਸ਼ਠ ਪੱਤਰਕਾਰ ਹਨ ਔਰ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਨ, ਅਤੇ ਉਹ ਇਸ ਦੇ ਬਾਰੇ ਵਿਸਥਾਰ ਸਹਿਤ ਆਪ ਨੂੰ ਦੱਸਣਗੇ।
ਔਰ ਕਿਸ ਨਜ਼ਰੀਏ ਨਾਲ ਦੇਖ ਰਹੇ ਹਨ, ਕੀ ਇਹਦਾ ਹੱਲ ਹੈ, ਕੀ ਇਹਦੇ ਅੰਜਾਮ ਹੋਣਗੇ। ਢਿੱਲੋਂ ਸਾਹਿਬ ਜਸ ਪੰਜਾਬੀ ਦੇ ਵਿੱਚ ਹਾਜ਼ਰੀ ਭਰਨ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਜਸ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਢਿੱਲੋਂ ਸਾਹਿਬ, ਇਹ ਜੋ ਆਪਨੇ ਵੇਖਿਆ, ਜੋ ਕੁਛ ਹੋਇਆ ਹੈ, ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਇਸ ਨੂੰ ਕੀ ਕੌਮੀ ਪੱਧਰ ਦੇ ਉੱਤੇ ਇਸ ਦਾ ਨੋਟਿਸ ਲਿਆ ਗਿਆ ਜਿਹੜਾ ਲੈਣਾ ਚਾਹੀਦਾ, ਅਤੇ ਇਹਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ? ਕੌਮੀ ਪੱਧਰ 'ਤੇ ਵੀ ਇਹਦਾ ਕਾਰਵਾਈ ਸ਼ੁਰੂ ਹੋ ਗਈ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਆ ਉਹ ਗ੍ਰਹਿ ਮੰਤਰੀ ਕੇ 21 ਚਿਦੰਬਰਮ ਨੂੰ ਵੀ ਲੈਟਰ ਲਿਖਿਆ ਕਿ ਉਹ ਇਸ ਬਾਰੇ ਸਪਸ਼ਟ ਕਰੇ ਕਿ ਇਹ ਪਾਬੰਦੀ ਕਿਉਂ ਲਾਈ ਗਈ ਹੈ ਜੀ, ਤੇ ਇਸ ਪਾਬੰਦੀ ਨੂੰ ਤੁਰੰਤ ਜਿਹੜਾ ਆ ਉਹ ਦੂਰ ਕੀਤਾ ਜਾਵੇ ਜੀ। ਦੂਜੇ ਪਾਸੇ ਉਹਨਾਂ ਨੇ ਜਿਹੜੀ ਸੁਰੱਖਿਆ ਫੋਰਸ ਹੈ ਜੀ, ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਜੀ, ਉਹਨਾਂ ਨੂੰ ਵੀ ਦੋ ਵਾਰ ਇਹਨਾਂ ਨੇ ਮੁਲਾਕਾਤ ਕੀਤੀ। ਪਰਸੋਂ ਵੀ ਇਹਨਾਂ ਦਾ ਇੱਕ ਵਫਦ ਜਿਹੜਾ ਆ ਉਹ ਸੈਕਟਰੀ ਦਲਵੇਗ ਸਿੰਘ ਜੀ, ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਤੇ ਬੀਬੀ ਕਿਰਨ ਜੋਤ ਕੌਰ ਦੀ ਅਗਵਾਈ ਚ ਮਿਲਿਆ ਹੈ ਜੀ। ਉਹਨਾਂ ਨੇ ਇਹ ਭਰੋਸਾ ਦਿੱਤਾ ਹੈ ਕਿ ਉਹ ਇਸ ਮਸਲੇ ਦਾ ਹੱਲ 1-2 ਦਿਨਾਂ ਦੇ ਵਿੱਚ ਹੀ ਜੀ ਨਿਪਟਾ ਦੇਣਗੇ ਜੀ। ਤੇ ਉਹਨਾਂ ਨੇ ਇਹ ਵੀ ਕਿਹਾ, ਉਹ ਜਿਹੜੇ ਕਮਾਂਡੈਂਟ ਨੇ ਸ਼ਰਦ ਕੁਮਾਰ ਜੀ, ਉਹਨਾਂ ਨੇ ਆਪਣੇ ਡਾਇਰੈਕਟਰ ਜਨਰਲ ਨੂੰ ਇਹ ਲੈਟਰ ਵੀ ਲਿਖਿਆ ਹੈ ਕਿ ਉਹ ਇਸ ਬਾਰੇ ਜਿਹੜੀਆਂ ਸਪਸ਼ਟ ਹਦਾਇਤਾਂ ਜਿਹੜੀਆਂ ਉਹਨਾਂ ਨੂੰ ਦੱਸਣ ਜੀ 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 ਜੀ, ਠੀਕ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਇਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਜੀ, ਇਹ ਜੇਕਰ 7 ਦਿਨਾਂ ਦੇ ਵਿੱਚ ਵਿੱਚ ਇਸ ਮਸਲੇ ਦਾ ਕੋਈ ਹੱਲ ਨਹੀਂ ਕਰਦੇ ਹਾਂਜੀ, ਤੇ ਇਹ ਪਾਬੰਦੀ ਨਹੀਂ ਹਟਾਉਂਦੇ ਤਾਂ ਉਹ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਉੱਥੇ ਰੋਸ ਧਰਨਾ ਦੇਣਗੇ ਜੀ ਹਵਾਈ ਅੱਡੇ ਤੇ ਜੀ ਜੀ। ਤੇ ਢਿੱਲੋਂ ਸਾਹਿਬ, ਤੁਹਾਡਾ ਕਹਿਣਾ ਹੈ ਕਿ ਉਹਨਾਂ ਨੇ ਸ਼ਰਦ ਕੁਮਾਰ ਜੋ ਕਮਾਂਡੈਂਟ ਹੈ ਉਹਨਾਂ ਨੇ ਆਪਣੇ ਡਾਇਰੈਕਟਰ ਜਨਰਲ ਨੂੰ ਲਿਖਿਆ ਹਦਾਇਤਾਂ ਦੇਣ ਵਾਸਤੇ। ਸਵਾਲ ਇਹ ਹੈ ਕਿ ਜਿਹੜਾ ਭਾਰਤ ਦੇ ਸੰਵਿਧਾਨ ਵਿੱਚ ਸਪਸ਼ਟ ਹਦਾਇਤਾਂ ਹਨ, ਬਲਕਿ ਸ਼ਰਦ ਕੁਮਾਰ ਦਾ ਆਰਡਰ ਹੀ ਜਾਂ ਉਹਨਾਂ ਦੀ ਡਾਇਰੈਕਸ਼ਨ ਹੀ ਸੰਵਿਧਾਨ ਦੀ ਉਲੰਘਣਾ ਹੈ, ਤਾਂ ਫਿਰ ਕਿਸੇ ਹੋਰ ਹਦਾਇਤ ਦੀ ਕੀ ਲੋੜ ਹੈ? ਬਿਲਕੁਲ ਨਹੀਂ ਹੈਗਾ ਜੀ। ਜਦੋਂ ਸੰਵਿਧਾਨ ਜਿਹੜਾ ਉਹ ਸਪਸ਼ਟ ਜਿਹੜਾ ਮੁੱਢਲੇ ਅਧਿਕਾਰ ਦਿੰਦਾ ਹੈ ਜੀ ਧਾਰਮਿਕ ਚਿੰਨ੍ਹ ਪਹਿਨਣ ਦੇ, ਤੇ ਫਿਰ ਇਸ ਦੇ ਵਿੱਚ ਕੋਈ ਵੀ ਇਹੋ ਜਿਹੀ ਰੁਕਾਵਟ ਨਹੀਂ ਹੋਣੀ ਚਾਹੀਦੀ ਕਿ ਕੋਈ ਵੀ ਸਿਕਿਉਰਿਟੀ ਦਾ ਕੋਈ ਵੀ ਡਾਇਰੈਕਟਰ ਜਨਰਲ ਹੋਵੇ ਜਾਂ ਕੋਈ ਵੀ ਹੋਵੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਹਦਾਇਤਾਂ ਲਾਗੂ ਕਰੇ ਜੀ ਜੀ। ਬਲਕਿ ਇਸ ਤੋਂ ਪਹਿਲਾਂ ਵੀ ਜਿਹੜਾ ਇਸ ਤੋਂ ਪਹਿਲੇ ਕਈ ਕੇਸ ਹੋ ਚੁੱਕੇ ਹੈ, ਔਰ DGCA ਨੇ ਸਪਸ਼ਟ ਤੌਰ ਦੇ ਉੱਤੇ ਇੱਕ ਆਦੇਸ਼ ਦਿੱਤਾ ਸੀ, ਸਰਕੂਲਰ ਜਾਰੀ ਕੀਤਾ ਸੀ ਕਿ ਕੋਈ ਵੀ ਸਿੱਖ ਹਿੰਦੁਸਤਾਨ ਦੀਆਂ ਉਡਾਨਾਂ ਦੇ ਵਿੱਚ ਉਹ 9 ਇੰਚ ਤੱਕ ਦੀ ਕਿਰਪਾਨ ਪਹਿਨ ਕੇ ਉਹ ਸਫ਼ਰ ਕਰ ਸਕਦਾ ਹੈ, ਔਰ ਇਹ ਜਿਹੜੀਆਂ ਹਦਾਇਤਾਂ ਹਾਲੇ ਤੱਕ ਵੀ ਲਾਗੂ ਹਨ, ਇਹਨਾਂ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਗਈ। ਪਰ ਇੱਥੇ ਇਸ ਤਰੀਕੇ ਦੇ ਨਾਲ ਕਰ ਦੇਣਾ, ਅਤੇ ਜਿਹੜਾ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਫਿਰ ਇੱਕ ਲਫ਼ਜ਼ ਵਰਤਿਆ ਸੀ ਇੰਟਰਵਿਊ 'ਚ ਕਿ ਇਹ ਜਿਹੜੀ ਹੈ ਉਸ ਅਫਸਰ ਦੀ ਨਾਦਰਸ਼ਾਹੀ ਹੁਕਮ ਅਤੇ ਫਿਰਕੂ ਸੋਚ ਹੈ, ਅਗਰ ਇਸ ਲਾਈਨ ਦੇ ਉੱਤੇ ਸ਼੍ਰੋਮਣੀ ਕਮੇਟੀ ਸੋਚਦੀ ਹੈ ਤਾਂ ਕੀ ਇਹ ਮਾਮਲਾ ਬਹੁਤ ਗੰਭੀਰਤਾ ਨਹੀਂ ਅਖਤਿਆਰ ਕਰ ਜਾਂਦਾ? ਬਿਲਕੁਲ ਕਰ ਜਾਂਦਾ ਜੀ ਜੀ, ਬਿਲਕੁਲ ਗੰਭੀਰਤਾ ਹੈ ਹੀ, ਮਸਲਾ ਹੀ ਬਹੁਤ ਗੰਭੀਰ ਹੈ ਜੀ। ਤੇ ਮੈਂ ਇੱਕ ਲਾਂਬਾ ਜੀ ਇੱਕ ਗੱਲ ਕਹਿਣੀ ਚਾਹਾਂਗਾ ਜੀ, ਜਦੋਂ ਵੀ ਕੋਈ ਕਿਸੇ ਸਰਕਾਰੀ ਮੁਲਾਜ਼ਮ ਨੂੰ ਨੌਕਰੀ ਦੇ ਵਿੱਚ
ਲਿਆ ਜਾਂਦਾ ਹੈ ਜੀ, ਉਹਦੀ ਪੂਰੀ ਪੜਤਾਲ ਹੁੰਦੀ ਹੈ ਕਿ ਉਹ ਬੰਦੇ ਦਾ ਕਿਰਦਾਰ ਕਿਸ ਤਰ੍ਹਾਂ ਦਾ ਰਿਹਾ ਜੀ, ਕਿਸ ਤਰ੍ਹਾਂ ਦਾ ਹੈ ਜੀ, ਤੇ ਇਹ ਕੀ ਉਹ ਇਹ ਨੌਕਰੀ ਕਰਨ ਦੇ ਯੋਗ ਹੈ ਜੀ। ਜਦੋਂ ਇੰਨਾ ਕੁਛ ਉਹਦੇ ਬਾਰੇ ਪੁੱਛਿਆ ਜਾਂਦਾ ਹੈ ਤੇ ਫਿਰ ਇੱਕ ਉਹਦੇ ਜਿਹੜੇ ਧਾਰਮਿਕ ਚਿੰਨ੍ਹ ਪਿੱਛੇ ਉਹਦੇ ਤੇ ਪ੍ਰਸ਼ਨ ਚਿੰਨ੍ਹ ਲਾਉਣਾ, ਇਹ ਨਹੀਂ ਜਾ ਸਕਦਾ ਜੀ। ਇਹ ਤੇ ਬਿਲਕੁਲ ਹੀ ਜਿਹੜਾ ਆ ਉਹ ਇੱਕ ਵਿਤਕਰਾ ਹੀ ਕਹਿ ਸਕਦੇ ਹਾਂ। ਇਹਦਾ ਮਤਲਬ ਉਹਨਾਂ ਨੂੰ ਜਿਹੜੀਆਂ ਫੋਰਸਸ ਹੈ ਉਹਨਾਂ ਨੂੰ ਆਪਣੇ ਉੱਤੇ ਹੀ ਇਤਬਾਰ ਨਹੀਂ ਹੈਗਾ। ਇਤਬਾਰ ਨਹੀਂ, ਇੱਕ ਗੱਲ ਹੋਰ ਲੱਗਦਾ ਜੀ, ਜੀ ਜੇ ਜਦੋਂ ਉਹਨੇ ਜਦੋਂ ਡੋਮੈਸਟਿਕ ਉਡਾਣ ਵੇਲੇ ਵੀ ਜਦੋਂ ਉਹਦੀ ਡਿਊਟੀ ਹੈ ਉਹਨੇ ਜਾਣਾ ਹੈ ਉੱਥੇ, ਉਹਨੂੰ ਕੋਈ ਰੋਕ ਨਹੀਂ ਜਾਂਦੀ ਜੀ, ਉਸ ਵੇਲੇ ਵੀ ਉਹਦੇ ਕੋਲ ਹਥਿਆਰ ਹੈ ਆਪਣਾ। ਬਿਲਕੁਲ ਬਿਲਕੁਲ ਬਿਲਕੁਲ। ਇਹ ਫਿਰ ਉਹ ਜਿਹੜੀ ਇੱਕ 6 ਇੰਚ ਦੀ ਜਿਹੜੀ ਕਿਰਪਾਨ ਹੈ ਜਿਹੜਾ ਉਹਦਾ ਧਾਰਮਿਕ ਚਿੰਨ੍ਹ ਹੈ ਉਹ ਉੱਥੇ ਰੁਕਾਵਟ ਕਿਵੇਂ ਬਣ ਸਕਦੀ ਹੈ, ਉਹ ਕਿਵੇਂ ਖਤਰਨਾਕ ਹੋ ਸਕਦੀ ਹੈ ਜੀ। ਬਲਕਿ ਢਿੱਲੋਂ ਸਾਹਿਬ ਇੱਕ ਹੋਰ ਆਪ ਦੀ ਗਿਆਤ ਲਈ, ਕਿਉਂਕਿ ਜਿਹੜਾ ਕਿਰਪਾਨ ਹੈ ਇਹ ਨਾ ਤਾਂ ਚਿੰਨ੍ਹ ਹੈ, ਇਹ ਚਿੰਨ੍ਹ ਨਹੀਂ ਹੈ। ਚਿੰਨ੍ਹ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਸਿਗਨੀਫਾਈ ਕਰਨਾ ਜਾਂ ਇੰਡੀਕੇਟ ਕਰਨ ਵਾਲਾ। ਗੱਤੇ ਦਾ ਬਣਾ ਕੇ ਅਗਰ ਕਿਰਪਾਨ ਬਣਾਈ ਜਾਏ ਉਹ ਤਾਂ ਚਿੰਨ੍ਹ ਹੁੰਦਾ ਹੈ, ਪਰ ਕਿਰਪਾਨ ਚਿੰਨ੍ਹ ਨਹੀਂ ਹੈ, ਤਾਂ ਖੁਦ ਹੀ ਇੱਕ ਆਰਟੀਕਲ ਹੈ ਔਰ ਇਹ ਆਰਟੀਕਲ ਆਫ ਫੇਥ ਹੈ। ਆਰਟੀਕਲ ਆਫ ਫੇਥ ਨੂੰ UNO ਵੀ ਔਰ ਇੰਡੀਅਨ ਕਾਂਸਟੀਟਿਊਸ਼ਨ ਵੀ ਅਲਾਓ ਕਰਦੀ ਹੈ। ਇਸੇ ਕਰਕੇ ਆਰਮਸ ਐਕਟ ਦੇ ਵਿੱਚ ਵੀ ਬਹੁਤ ਸਪਸ਼ਟ ਲਿਖਿਆ ਹੈ ਕਿ ਜਦੋਂ ਇੱਕ ਸਿੱਖ ਕਿਰਪਾਨ ਧਾਰਨ ਕਰਦਾ ਹੈ, ਇਟ ਸੀਜ਼ਸ ਟੂ ਬੀ ਏ ਵੈਪਨ ਔਰ ਏ ਆਰਮਸ, ਇਟ ਇਜ਼ ਏ ਆਰਟੀਕਲ ਆਫ ਫੇਥ ਹੈ। ਇਹ ਆਰਮਸ ਐਕਟ ਦੇ ਹਦੂਦ 'ਚੋਂ ਵੀ ਬਾਹਰ ਨਿਕਲ ਜਾਂਦਾ ਹੈ। ਫਿਰ ਇਸ ਤਰ੍ਹਾਂ ਦੀ ਹੋ ਜਾਣੀ ਲੱਗਦਾ ਹੈ ਤੁਹਾਨੂੰ ਕਿ ਹੋਰ ਵੀ ਜਥੇਬੰਦੀਆਂ ਇਸ ਦੇ ਵਿੱਚ ਕੋਈ ਸਹਿਯੋਗ ਦੇਣਗੀਆਂ ਕਿ ਕੇਵਲ ਸ਼੍ਰੋਮਣੀ ਕਮੇਟੀ ਹੀ ਕੇਵਲ ਇਸ ਨੂੰ ਟੇਕਅਪ ਕਰ ਰਹੀ ਹੈ? ਨਹੀਂ, ਇਸ ਮਸਲੇ ਤੇ ਜਦੋਂ ਵੀ ਸ਼੍ਰੋਮਣੀ ਕਮੇਟੀ ਨੇ ਕਾਲ ਦਿੱਤੀ ਇਹ ਜਥੇਬੰਦੀਆਂ ਅੱਗੇ ਆਉਣਗੀਆਂ, ਪੂਰਾ ਸਹਿਯੋਗ ਦੇਣਗੀਆਂ। ਜੀ ਜੀ ਜੀ। ਤੇ ਦੂਜੀ ਗੱਲ ਜੀ, ਲੰਬਾਈ ਅੱਜ ਡਿਪਾਰਟਮੈਂਟ ਨੇ ਇਸ ਏਅਰਪੋਰਟ ਤੇ ਜਿੱਥੇ 19 ਹੋਰ ਅੰਮ੍ਰਿਤਧਾਰੀ ਕੰਮ ਕਰਦੇ ਆ ਜੀ ਜੀ, ਤੇ ਮਸਲਾ ਸਿਰਫ ਇਹ 6 ਇੰਚ ਦੀ ਜਿਹੜੀ ਆ ਉਹਦਾ ਜਿਹੜਾ ਅਕੀਦਾ ਆ ਧਾਰਮਿਕ ਅਕੀਦਾ ਆ ਇਹ ਜੀ ਅੰਮ੍ਰਿਤਧਾਰੀ ਸਿੰਘ ਦਾ ਜੀ, ਤੇ ਉਹਦੇ ਜਿਹੜੇ ਉਹਦੀਆਂ ਭਾਵਨਾਵਾਂ ਤੇ ਸੱਟ ਮਾਰਨੀਆਂ, ਇਹ ਸਭ ਤੋਂ ਵੱਡਾ ਜਿਹੜਾ ਮਸਲਾ ਹੈ। ਜੀ 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 ਜੀ, ਠੀਕ ਹੈ ਠੀਕ ਹੈ। ਇੱਕ ਗੱਲ ਮੈਂ ਹੋਰ ਵੀ ਤੁਹਾਨੂੰ ਦੱਸਣੀ ਚਾਹੁੰਦਾ ਵਾਂ ਜੀ, ਕਿ ਨੈਸ਼ਨਲ ਪੱਧਰ ਤੇ ਸ਼੍ਰੋਮਣੀ ਕਮੇਟੀ ਹੀ ਜਿਹੜੀ, ਕਿਉਂਕਿ ਸਿਰਮੌਰ ਜਥੇਬੰਦੀ ਹੈ, ਧਾਰਮਿਕ ਸਿਰਮੌਰ ਜਥੇਬੰਦੀ ਹੈ, ਉਹਨੇ ਇਹ ਮਸਲਾ ਉਠਾਉਣਾ ਹੀ ਸੀ ਜੀ। ਇੱਕ ਜਿਹੜੀ ਸਿੱਖ ਜਥੇਬੰਦੀ ਹੈ ਯੂਨਾਈਟਿਡ ਸਿੱਖ ਜੀ, ਉਹਦੀ ਜਿਹੜੀ ਕਾਨੂੰਨੀ ਮਾਮਲਿਆਂ ਬਾਰੇ ਡਾਇਰੈਕਟਰ ਬੀਬੀ ਮਨਜਿੰਦਰ ਕੌਰ ਹੈ ਹਾਂਜੀ, ਉਹਨਾਂ ਨੇ ਵੀ ਇਸ ਦੇ ਖਿਲਾਫ ਜਿਹੜਾ ਡਾਇਰੈਕਟਰ ਜਨਰਲ ਹੈ ਸਿੱਖਿਆ ਪੋਸਟ ਦਾ ਜੀ ਸ੍ਰੀ NR ਦਾਸ, ਉਸ ਨੂੰ ਵੀ ਪੱਤਰ ਲਿਖਿਆ ਜੀ। ਉਹਨੇ ਇਹ ਵੀ ਕਿਹਾ ਕਿ ਜਿਹੜਾ ਉਹਨੇ ਇੱਥੇ ਜ਼ਿਕਰ ਕੀਤਾ ਇੰਗਲੈਂਡ ਦੇ ਹਿਥਰੋ ਹਵਾਈ ਅੱਡੇ ਦਾ ਜੀ, ਕਿ ਉੱਥੇ 100 ਅੰਮ੍ਰਿਤਧਾਰੀ ਸਿੱਖ ਜਿਹੜੇ ਕੰਮ ਕਰ ਰਹੇ ਆ ਹਾਂਜੀ, ਤੇ ਉਹ ਇਸ ਦੌਰਾਨ ਕਿਸੇ ਵੀ ਸਿੱਖ ਤੇ ਜਿਹੜੀ ਆ ਕਿਰਪਾਨ ਪਹਿਨਣ ਤੇ ਕੋਈ ਪਾਬੰਦੀ ਨਹੀਂ ਜੀ ਜੀ ਜੀ। ਉਹਨਾਂ ਵੀ ਇਸ ਨੂੰ ਜਿਹੜਾ ਵਕਤੇ ਨੂੰ ਗੰਭੀਰ ਲਿਆ ਹੈ, ਕਿਹਾ ਸੀ ਕਿ ਨੈਸ਼ਨਲ ਲੈਵਲ ਤੇ ਕਿ ਹੁਣ ਇਹ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਆ ਮਸਲਾ ਬਣ ਗਿਆ ਜੀ, ਤੇ ਇਹ ਹੁਣ ਜਿਹੜੀ ਅਸਲ ਸਥਿਤੀ ਜਿਹੜੀ ਆ 7 ਦਿਨਾਂ ਬਾਅਦ ਪਤਾ ਲੱਗੇਗੀ ਕਿ ਉਹ ਇਸ ਮਸਲੇ ਨੂੰ ਕਿਸ ਤਰ੍ਹਾਂ ਹੱਲ ਕਰਦੇ ਆ, ਠੀਕ ਹੈ, ਸਰਕਾਰ ਕਿਸ ਤਰ੍ਹਾਂ ਹੱਲ ਕਰ ਰਹੀ ਆ ਜੀ, ਤੇ 7 ਦਿਨਾਂ ਬਾਅਦ ਜੇ ਇਹ ਮਸਲਾ ਜਿਹੜਾ ਉੱਥੇ ਦਾ ਉੱਥੇ ਹੀ ਰਹਿੰਦਾ ਆ ਹਾਂਜੀ, ਤੇ ਫਿਰ ਇਹ ਗੰਭੀਰ ਰੂਪ ਧਾਰੇਗਾ ਜੀ ਜੀ। ਸੋ ਚਲੋ ਅਸੀਂ ਆਸ ਕਰਦੇ ਆ ਕਿ ਇਹ ਜਿਹੜਾ ਸਾਡੇ ਬੁਨਿਆਦੀ ਹੱਕ ਦੇ ਉੱਤੇ ਜਿਹੜਾ ਛਾਪਾ ਮਾਰਿਆ ਗਿਆ ਇਹ ਇਸ ਦਾ ਕੋਈ
ਬਾਇਜ਼ਤ ਹੱਲ ਜਿਹੜਾ ਹੈ, ਕਿਉਂਕਿ ਭਾਰਤ ਦੀਆਂ ਵੱਖ ਵੱਖ ਹਾਈ ਕੋਰਟਾਂ ਨੇ ਵੀ ਇਹ ਫੈਸਲਾ ਦਿੱਤਾ ਹੈ ਕਿ ਸਿੱਖ ਦਾ ਇਹ ਇੱਕ ਆਰਟੀਕਲ ਆਫ ਫੇਥ ਹੈ, ਇੱਕ ਧਰਮ ਦਾ ਆਰਟੀਕਲ ਹੈ, ਇਸ ਨੂੰ ਸਿੱਖ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਤੁਸੀਂ ਜਿਹੜੀ ਜਾਣਕਾਰੀ ਉੱਥੇ ਦਿੱਤੀ ਹੈ ਅਤੇ ਤੁਸੀਂ ਉਸ ਦੇ ਉੱਤੇ ਨਜ਼ਰ ਰੱਖੋਗੇ, ਔਰ ਉਮੀਦ ਹੈ ਹਫ਼ਤੇ ਬਾਅਦ ਤੁਸੀਂ ਸਾਨੂੰ ਉਹ ਪੂਰਾ ਵਿਸਥਾਰ ਦੇ ਸਕੋਗੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਸਲਾ ਹੱਲ ਹੋ ਗਿਆ। ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਲਾਂਬਾ ਸਾਹਿਬ, ਬਹੁਤ ਧੰਨਵਾਦ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਸੋ ਦਰਸ਼ਕੋ, ਇੱਕ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋ ਕੇ ਜਿਵੇਂ ਅਸੀਂ ਆਪ ਨਾਲ ਵਾਅਦਾ ਕੀਤਾ ਆਪ ਦੀਆਂ ਕਾਲਸ, ਕਿਉਂਕਿ ਕੱਲ੍ਹ ਅਸੀਂ ਆਪ ਦਾ ਆਪ ਨੂੰ ਸਮਾਂ ਨਹੀਂ ਦੇ ਸਕੇ, ਪਰ ਇਸ ਮਸਲੇ ਦੇ ਉੱਤੇ ਹਾਲਾਂ ਮਸਲੇ ਸੁਰਖੀਆਂ ਮੁੱਦੇ ਹੋਰ ਵੀ ਹਨ, ਪਰ ਅੱਜ ਅਸੀਂ ਉਹਨਾਂ ਦੇ ਉੱਤੇ ਗੱਲ ਨਹੀਂ ਕਰਕੇ ਆਪ ਦੇ ਵਿਚਾਰ ਜਿਹੜੇ ਹਨ ਉਹ ਦੇਖਾਂਗੇ, ਔਰ ਜੇਕਰ ਸਮਾਂ ਹੋਇਆ ਅਸੀਂ ਹੋਰ ਵੀ ਇੱਕ ਦੋ ਮਸਲੇ ਬਹੁਤ ਜ਼ਰੂਰੀ ਹਨ ਜਿਹੜੇ ਕਿ ਬੁਨਿਆਦੀ ਤੌਰ ਦੇ ਉੱਤੇ ਸਾਡੇ ਨਾਲ ਸੰਬੰਧ ਰੱਖਦੇ ਹਨ, ਕੋਸ਼ਿਸ਼ ਕਰਾਂਗੇ ਜੇ ਅਸੀਂ ਉਸ ਦੇ ਬਾਰੇ ਵੀ ਗੱਲ ਕਰ ਸਕੀਏ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ, ਅਤੇ ਇੱਕ ਸਮਾਂ ਹੈ ਛੋਟੇ ਜਿਹੇ ਬ੍ਰੇਕ ਦਾ, ਉਹਦੇ ਬਾਅਦ ਹੁਣ ਹਾਜ਼ਰ ਹੁੰਦੇ। ਪੰਜਾਬੀ ਦੇ ਸੂਜਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਦੇਗ ਤੇਗ ਫਤਿਹ, ਦੇਗ ਔਰ ਤੇਗ ਇੱਕ ਦੂਜੇ ਦੇ ਪੂਰਕ ਹਨ। ਅਸੀਂ ਸ੍ਰੀ ਸਾਹਿਬ ਦੇ ਬਾਰੇ ਅੰਮ੍ਰਿਤਸਰ ਦੇ ਵਿੱਚ ਏਅਰਪੋਰਟ ਦੇ ਉੱਤੇ CISF ਵੱਲੋਂ ਲਗਾਈ ਗਈ ਪਾਬੰਦੀ ਦੇ ਉੱਤੇ ਆਪ ਨਾਲ ਗੱਲਬਾਤ ਕਰ ਰਹੇ ਸੀ। ਆਪ ਦੇ ਵਿਚਾਰ ਸਾਨੂੰ ਜ਼ਰੂਰ ਭੇਜ ਸਕਦੇ ਹੋ ਕਾਲ ਕਰਕੇ 7187865221 'ਤੇ, ਪਰ ਸਾਡੀ ਗੁਜ਼ਾਰਿਸ਼ ਮੁੜ ਦੁਬਾਰਾ ਹੈ ਕਿ ਜਦੋਂ ਫੋਨ ਕਰਦੇ ਹੋ ਤਾਂ ਆਪ ਕਿਰਪਾ ਕਰਕੇ ਟੈਲੀਵਿਜ਼ਨ ਦੀ ਆਵਾਜ਼ ਬਹੁਤ ਘੱਟ ਕਰ ਦਿਉ, ਔਰ ਆਪ ਉਸ ਤੋਂ TV ਸੈੱਟ ਤੋਂ ਦੂਰ ਹੋ ਜਾਓ ਤਾਂ ਕਿ ਆਪ ਦੀ ਆਵਾਜ਼ ਸਾਡੇ ਤੱਕ ਆਏ ਔਰ ਅਸੀਂ ਤੁਹਾਡੀ ਗੱਲ ਸੁਣ ਸਕੀਏ। ਸਮਾਂ ਹੈ ਆਪ ਦੀਆਂ ਕਾਲਸ ਦਾ ਅਤੇ ਹੋਰ ਅੱਗੇ ਇਸ ਗੱਲ ਨੂੰ, ਚਰਚਾ ਨੂੰ ਅੱਗੇ ਤੋਰਨ ਦਾ। ਹੈਲੋ, ਹਾਂਜੀ ਕੋਈ ਨੀ ਹੈ ਪੰਜਾਬ ਦੇ ਵਿਚ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਸਾਡੇ ਜਥੇਦਾਰ ਤਾਂ ਬਾਹਰ ਤੁਰੇ ਫਿਰਦੇ ਨੇ, ਬਾਹਰਲੇ ਦੇਸ਼ਾਂ ਦੀ ਸੈਰਾਂ ਦਾ ਚਾਅ ਚੜਿਆ ਰਹਿੰਦਾ ਜੀ, ਔਰ ਸਿੱਖਾਂ ਦੇ ਮਸਲਿਆਂ ਬਾਰੇ ਕਿਸੇ ਦਾ ਵੀ ਕੋਈ ਧਿਆਨ ਨਹੀਂ, ਕੋਈ ਐਸੇ ਜਥੇਬੰਦੀ ਨਹੀਂ ਰਹਿ ਗਏ ਕੌਮ ਦੇ ਕੋਲ ਜੇ ਕੋਈ ਸਿੱਖ ਨੂੰ ਪ੍ਰੋਬਲਮ ਪੈਂਦੀ ਆ ਤਾਂ ਉਹਦਾ ਕੋਈ ਨੋਟਿਸ ਲੈ ਸਕੇ ਜੀ। ਤੇ ਤੁਸੀਂ ਦੇਖ ਰਹੇ ਹੋ ਵੀ ਪਿਛਲੇ ਕੁਝ ਚਿਰ ਤੋਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ। ਪਿਛਲੇ ਹਫ਼ਤੇ ਆਪਣੇ ਯਾਦਵਿੰਦਰਾ ਪਬਲਿਕ ਸਕੂਲ ਵਿੱਚ ਇੱਕ ਬੱਚੇ ਨੂੰ ਪਿਸਤਲ ਤੋਂ ਮਨਾ ਕਰ ਦਿੱਤਾ ਸੀ ਵੀ ਉਹ ਕਿਰਪਾਨ ਪਾ ਕੇ ਸਕੂਲ ਨਹੀਂ ਆ ਸਕਦਾ ਜੀ। ਲੁਧਿਆਣਾ ਵਿੱਚ ਇੱਕ ਸਿੰਘ ਨੂੰ ਪੱਗ ਉਤਾਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ ਵੀ ਜੇ ਤੁਸੀਂ ਲਾਇਸੈਂਸ ਤੇ ਫੋਟੋ ਖਿਚਾਉਣੀ ਆ ਤੇ ਤੁਹਾਨੂੰ ਦਸਤਾਰ ਉਤਾਰਨੀ ਪਾਏਗੀ। ਉਹ ਸਾਡੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਆ ਤੇ ਕੋਈ ਮਜ਼ਬੂਤ ਜਥੇਬੰਦੀ ਦੀ ਲੋੜ ਆ। ਅਕਾਲ ਤਖ਼ਤ ਤੇ ਵੀ ਤੁਹਾਨੂੰ ਪਤਾ ਵੀ ਰਾਜਨੀਤੀ ਭਾਰੂ ਆ, ਉਹ ਇਸ ਟਾਈਮ ਬੜੀ ਤਰਸਯੋਗ ਹਾਲਤ ਆ, ਇਸ ਬਾਰੇ ਕੋਈ ਸਾਰੀਆਂ ਸਿੱਖ ਸੰਗਤਾਂ ਨੂੰ ਮਿਲ ਕੇ ਜ਼ਰੂਰ ਸੋਚਣਾ ਚਾਹੀਦਾ। ਬਿਲਕੁਲ, ਤੁਹਾਡੇ ਵਿਚਾਰ ਬਹੁਤ ਕੀਮਤੀ ਹੈ ਕਿ ਲੋੜ ਇਸ ਵੇਲੇ ਕਿਸੇ ਪੰਥਕ ਜਥੇਬੰਦੀ ਦੀ ਹੈ,
ਜੋ ਕਿ ਨਿਰੋਲ ਪੰਥ ਦੀ ਗੱਲ ਕਰ ਸਕੇ। ਔਰ ਇਹ ਬਹੁਤ ਹੀ ਗੰਭੀਰ ਮਸਲਾ ਹੈ, ਪਰ ਇਹ ਕਿੱਦਾਂ ਹੋਏਗਾ ਇਹ ਸਮਝ ਨਹੀਂ ਆ ਰਿਹਾ। ਹਰ ਸਿੱਖ ਜਿੱਥੇ ਵੀ ਬੈਠਾ ਹੈ ਉਹ ਪੰਥ ਦਾ ਨੁਮਾਇੰਦਾ ਹੈ, ਉਸ ਨੂੰ ਸੋਚਣਾ ਪਏਗਾ ਕਿ ਇਹ ਕੀ ਉਹਦੇ ਲਈ ਉਸਦਾ ਕੀ ਰੋਲ ਹੈ। ਹਰ ਸਿੱਖ ਇੰਡੀਵਿਜੁਅਲ ਨਿੱਜੀ ਤੌਰ ਦੇ ਉੱਤੇ ਵੀ ਗੁਰੂ ਪੰਥ ਦਾ ਅੰਗ ਬਣ ਕੇ ਅਗਰ ਉਹ ਰੋਲ ਅਦਾ ਕਰੇ ਤਾਂ ਫਿਰ ਕੁਛ ਹੋ ਸਕੇਗਾ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਤੁਸੀਂ ਕੀ? ਹਾਂਜੀ, ਕੌਣ ਬੋਲ ਰਹੇ ਜੀ? ਮੈਂ ਇੰਦਰਜੀਤ ਬੋਲ ਰਿਹਾ ਜੀ। ਹਾਂਜੀ, ਕਿੱਥੋਂ ਜੀ? ਮੈਂ ਲਾਸ ਏਂਜਲਸ ਤੋਂ ਬੋਲ ਰਿਹਾ। ਹਾਂਜੀ ਹਾਂਜੀ ਇੰਦਰਜੀਤ ਸਿੰਘ, ਗੱਲ ਇਹ ਹੈਗੀ ਹੈ ਕਿ ਕਿਰਪਾਨ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਨਾਂ ਗਲਤ ਲੈ ਰਹੇ ਹਾਂ ਜੀ। ਇਹਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ, ਕਿਰਪਾ ਆਣ। ਅੱਛਾ, ਜਿਹੜੀ ਕਿ ਇੱਕ ਮਜ਼ਲੂਮ ਨੂੰ ਜ਼ਾਲਮ ਤੋਂ ਬਚਾਉਂਦੀ ਹੈ, ਉਸੇ ਕਿਰਪਾ ਕਰਦੀ ਹੈ ਜੀ। ਐਂਡ ਸੈਕਿੰਡਲੀ, ਗੁਰੂ ਨਾਨਕ ਸਾਹਿਬ ਨੂੰ 9 ਵਾਰੀ ਇਸ ਦੁਨੀਆ ਤੇ ਆਉਣਾ ਪਿਆ ਜੀ, ਉਸ ਜਨੇਊ ਨੂੰ ਜਿਹੜੀ ਕਿ ਗੁਰੂ ਨਾਨਕ ਸਾਹਿਬ ਨੇ ਉਹ ਜਨੇਊ ਦਾ ਪਾਣਾ ਨਾ ਕੀਤੀ। ਇਹ ਇਟ ਦ ਜਨੇਊ ਆਫ ਸਿੱਖਸ, ਐਂਡ ਇਸ ਨੂੰ ਪਾਉਣ ਵਾਸਤੇ ਸਾਨੂੰ ਰੋਜ਼ ਇਸ ਨੂੰ ਖੋਲ ਕੇ ਬਾਹਰ ਕੱਢ ਕੇ ਇਹਦੀ ਅਰਦਾਸ ਕਰਨੀ ਪੈਂਦੀ ਹੈ। ਇਹ ਹੁਕਮ ਹੈਗਾ, ਅਗਰ ਹੁਕਮਨਾਮਾ ਪੜੋ ਚੰਗੀ ਤਰ੍ਹਾਂ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਜੀ, ਤੇ ਤੁਹਾਨੂੰ ਰੋਜ਼ ਉਸ ਕਿਰਪਾਨ ਨੂੰ, ਕਿਰਪਾ ਆਣ ਨੂੰ ਰੋਜ਼ ਦੇਖਣਾ ਪੈਂਦਾ ਕਿ ਇਹ ਕੰਮ ਕਰਦੀ ਹੈ ਜਾਂ ਨਹੀਂ ਕਰਦੀ। ਮੋਸਟ ਜਿਹੜੇ ਸਿੱਖ ਪਾਉਂਦੇ ਹੈ ਉਹ ਸਿਰਫ ਮੇਰੇ ਖਿਆਲ ਦੇ ਮੁਤਾਬਕ, ਡੋਂਟ ਸੇ ਕਿ ਮੈਂ ਡਿਸਰਿਸਪੈਕਟ ਕਰਦਾ, ਆਈ ਐਮ ਅ ਸਿੱਖ। ਹਾਂਜੀ, ਓਕੇ ਜੀ, ਇਹ ਪੱਤਰੀ ਹੈ। ਐਂਡ ਮੋਸਟਲੀ ਕਦੇ ਵੀ ਉਹਨਾਂ ਨੇ ਕੱਢ ਕੇ ਨਹੀਂ ਦੇਖੀ ਹੋਈ ਕਿ ਇਹ ਕੰਮ ਕਰਦੀ ਹੈ ਜਾਂ ਨਹੀਂ ਕਰਦੀ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹੁਕਮ ਕੀਤਾ ਸੀ ਜੀ, ਇਸ ਨੂੰ ਰੋਜ਼ ਕੱਢ ਕੇ ਜੀ ਅਰਦਾਸ ਕਰਨੀ ਚਾਹੀਦੀ ਹੈ। ਠੀਕ ਹੈ, ਮੈਂ ਇੱਕ ਬੇਨਤੀ ਜੀ ਆਪ ਨੂੰ ਬੇਨਤੀ ਕਰਾਂਗਾ ਕਿ ਜੇਕਰ ਆਪ ਜੀ ਦੇ ਕੋਲ, ਸਾਡੀ ਨਜ਼ਰ ਵਿੱਚ ਨਹੀਂ ਹੈ, ਸਾਡੀ ਗਿਆਤ ਵਿੱਚ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੋਈ ਐਸਾ ਆਦੇਸ਼ ਹੋਏ ਕਿ ਇਸ ਨੂੰ ਕਿਰਪਾ ਆਣ ਕੇ ਹੈ, ਔਰ ਜੀ ਸਾਡੀ ਨਜ਼ਰ ਵਿੱਚ ਜੀ 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 ਆਪਣੀ ਆਪਨੇ ਜੋ ਕਿਹਾ ਜੀ, ਆਪਨੇ ਜੋ ਕਿਹਾ, ਅਗਰ ਕੋਈ ਸਾਨੂੰ, ਅਗਰ ਆਪ ਦੇ ਕੋਲ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ, ਕੋਈ ਆਦੇਸ਼ ਹੋਏ ਤਾਂ ਜ਼ਰੂਰ ਸਾਨੂੰ ਦੇਣਾ ਜੀ, ਅਗਰ ਮੈਨੂੰ ਲੱਭਿਆ ਜੀ, ਅਸੀਂ ਜ਼ਰੂਰ ਇੰਤਜ਼ਾਰ ਕਰਾਂਗੇ। ਬਾਕੀ ਇੱਕ ਬੇਨਤੀ ਹੈ ਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਕਿਰਪਾਨ ਲਫ਼ਜ਼ ਵਰਤਿਆ ਕਿ ਕਿਰਪਾਨ ਪਾਣ ਤਾਰੀਅੰਗ, ਵਾਹਿਗੁਰੂ ਵੀ ਜਿਹੜਾ ਹੈ ਉਹਦੇ ਹੱਥ ਦੇ ਵਿੱਚ ਕਿਰਪਾਨ ਹੈ। ਕਿਰਪਾਨ ਲਫ਼ਜ਼ ਗੁਰੂ ਸਾਹਿਬ ਨੇ ਖੁਦ ਵਰਤਿਆ ਹੈ, ਕਿਰਪਾਨ ਪਾਣ ਤਾਰੀਅੰਗ, ਇਹ ਗੁਰੂ ਸਾਹਿਬ ਦੀ ਆਪਣੀ ਬਾਣੀ 'ਚੋਂ ਹੈ। ਪਰ ਜੇਕਰ ਆਪ ਕਿਰਪਾ ਆਣ ਲਫ਼ਜ਼ ਕਹਿ ਰਹੇ ਹੋ, ਸ਼ਬਦਕ ਅਰਥ ਠੀਕ ਹੋ ਸਕਦਾ ਪਰ ਇਹ ਲਫ਼ਜ਼ ਕਿਧਰੇ ਨਜ਼ਰ ਨਹੀਂ ਆਇਆ। ਫਿਰ ਵੀ ਆਪ ਦਾ ਬਹੁਤ ਬਹੁਤ ਧੰਨਵਾਦ, ਜ਼ਰੂਰ ਸਾਡੇ ਗਿਆਤ ਵਿੱਚ, ਸਾਡੀ ਨੌਲੇਜ ਵਾਧਾ ਕਰਨਾ। ਹੈਲੋ, ਵਾਹਿਗੁਰੂ ਜੀ ਕੀ ਫਤਿਹ। ਸੋਚ ਸਾਹਿਬ ਕੀ ਹਾਲ ਹੈ? ਬਿਲਕੁਲ ਜੀ, ਮਿਹਰਬਾਨੀ ਜੀ। ਬਸ ਮੈਂ ਕਿ ਜੇ ਕੋਈ ਗੈਰ ਸਿੱਖ ਜੀ ਬੇਸਮਝ ਜੀ ਨਫ਼ਰਤ ਵਿਤਕਰੇ ਕਰਕੇ ਉਸ ਇਰਾਦੇ ਨਾਲ ਕਿਰਪਾਨ ਉੱਤੇ ਕੰਮ ਕਰਨ ਵਾਲੇ ਸਾਡੀ ਲਗਾਉਂਦਾ ਹੈ ਤੇ ਮੱਕੜ ਸਾਹਿਬ ਉਹਨੂੰ ਕਹਿੰਦੇ ਨੇ ਕਿ ਸ਼ਾਹੀ ਫਰਮਾਨ ਹੈ, ਤੇ ਜੇ ਗੁਰਦੁਆਰਾ ਫਰਾਚੋ
ਤੇ ਪ੍ਰਬੰਧਕ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ ਜੀ, ਉਹੀ ਇਹਦੇ ਉੱਤੇ ਪਾਬੰਦੀ ਲਾ ਦੇਣ ਜੀ, ਤੇ ਉੱਥੇ ਸਿੱਖ ਜਗਤ ਤੇ ਸਪੈਸ਼ਲੀ ਮੱਗੜ ਸਾਹਿਬ ਜਾਂ ਹੋਰ ਸਿੱਖ ਮੀਡੀਆ ਜੀ, ਉੱਥੇ ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ ਤੇ ਕੀ ਕਰ ਰਹੇ ਨੇ? ਦੇਖੋ, ਰੋਲ ਉਹੀ ਹੋਣਾ ਚਾਹੀਦਾ, ਮੈਂ ਤੇ ਬਹੁਤ ਸਪਸ਼ਟ ਹਾਂ। ਦੋ ਗੱਲਾਂ, ਪਹਿਲੀ ਗੱਲ ਤਾਂ ਕਿ ਇਹ ਜਿਹੜਾ ਹੱਕ, ਇਹ ਜਿਹੜਾ ਆਦੇਸ਼, ਇਹ ਗੁਰੂ ਸਾਹਿਬ ਦਾ ਦਿੱਤਾ। ਦੁਨੀਆ ਦੀ ਕੋਈ ਤਾਕਤ, ਕਵੀ ਤਾਕਤ ਇਸ ਦੇ ਉੱਤੇ ਪਾਬੰਦੀ ਨਹੀਂ ਲਗਾ ਸਕਦੀ। ਬਾਕੀ ਮੀਡੀਆ ਦਾ ਰੋਲ ਕੀ ਹੋਣਾ ਚਾਹੀਦਾ, ਬੇਨਤੀ ਹੈ, ਜੋ ਅਸੀਂ ਕਰ ਰਹੇ ਹਾਂ ਉਹੀ ਹੋਣਾ ਚਾਹੀਦਾ। ਜੇ ਇਸ ਤੋਂ ਇਲਾਵਾ ਅਸੀਂ ਕੁਝ ਹੋਰ ਕਰ ਸਕਦੇ ਹਾਂ ਤਾਂ ਜ਼ਰੂਰ ਸਾਨੂੰ ਦੱਸਣਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੈਲੋ 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 ਸਰ, ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਘੱਟ ਕਰੋਗੇ? ਹਾਂਜੀ, ਟੀਵੀ ਦੀ ਆਵਾਜ਼ ਬੰਦ ਕਰੋਗੇ? ਮੇਰਾ ਪਰਪਸ ਇਹ ਹੀ ਹੈ ਜੀ, ਇਸ ਪੁਆਇੰਟ ਤੇ ਗੱਲ ਕਰਨ ਦਾ। ਤੁਸੀਂ ਟੀਵੀ ਦੀ ਆਵਾਜ਼ ਬੰਦ ਕਰੋ ਪਹਿਲੇ। ਓ ਸੌਰੀ ਸਰ, ਸੌਰੀ ਨਾਲ ਕੰਮ ਨਹੀਂ ਸਰ। ਗੱਲ ਦਾ ਪਰਪਸ ਇਹ ਹੀ ਹੈ ਕਿ ਕਈ ਵਾਰੀ ਮੈਂ ਜਿਹੜੇ ਆਫਸਰ ਡੀਲਿੰਗ ਆ ਉਹਨੂੰ ਇਗਨੋਰੈਂਟ ਆਫ ਦਾ ਲਾਜ਼ ਹੁੰਦਾ ਜੀ, ਕਿਉਂ ਨਾ ਆਪਾਂ ਇੱਕ ਆਈਡੀ ਟਾਈਪ ਇਸ਼ੂ ਕਰਦੇ ਜਾਵੇ ਸਿੱਖਾਂ ਜਿੰਨਾ ਕੋਲ ਕਿਰਪਾਨ ਧਾਰਨ ਕੀਤੀ ਹੈ ਜੀ, ਤਾਂ ਕਿ ਉਹ ਦਿਖਾ ਸਕੇ ਦਿਸ ਇਜ਼ ਦੀ ਰੂਲ ਅੰਡਰ ਵਿਚ ਆਈ ਐਮ ਵੀਰਿੰਗ ਮਾਈ ਕਿਰਪਾਨ ਜੀ, ਠੀਕ ਹੈ ਜੀ, ਬਹੁਤ ਬਹੁਤ ਅੱਛਾ ਤੁਹਾਡਾ ਸੁਝਾਅ ਹੈ। ਬੇਨਤੀ ਹੈ ਕਿ ਜਿਹੜੀ ਆਈ ਡੀ ਦੀ ਗੱਲ ਹੈ, ਜੇਕਰ ਇਹ ਸਭ ਸੂਰਤ ਚਿਹਰਾ ਔਰ ਦਸਤਾਰ ਵਾਲਾ ਚਿਹਰਾ ਦੇਖ ਕੇ ਵੀ ਅਜੇ ਫਿਰ ਕਿਸੇ ਆਈ ਡੀ ਦੀ ਲੋੜ ਹੈ ਕਿ ਇਸ ਬੰਦੇ ਨੂੰ ਕਿਰਪਾਨ ਦਾ ਹੱਕ ਹੈ, ਤਾਂ ਫਿਰ ਤਾਂ ਸ਼ਾਇਦ ਪਤਾ ਨਹੀਂ ਦੂਜੀ ਆਈ ਡੀ ਤਾਂ ਕੀ ਕੰਮ ਕਰੇਗੀ। ਬਾਕੀ ਜਿਹੜਾ ਕਾਨੂੰਨ ਬਣਨਾ ਚਾਹੀਦਾ, ਗਾਈਡੈਂਸ ਹੋਣੀ ਚਾਹੀਦੀ ਹੈ, ਬਹੁਤ ਲੰਬੀ ਵਿਚਾਰ ਦੇ ਬਾਅਦ ਹੀ ਸੰਵਿਧਾਨ ਦੇ ਵਿੱਚ ਉਹ ਚੀਜ਼ ਅੰਕਿਤ ਕੀਤੀ ਗਈ ਹੈ, ਔਰ ਉਸ ਤੋਂ ਉੱਤੇ ਹੁਣ ਤਾਂ ਉਸਨੂੰ ਲਾਗੂ ਕਰਨ ਦੀ ਗੱਲ ਹੈ। ਉਸ ਦੇ ਉੱਤੇ ਹੋਰ ਕੋਈ ਕਾਨੂੰਨ ਨਾ ਤਾਂ ਬਣ ਸਕਦਾ ਹੈ, ਨਾ ਉਸ ਤੋਂ ਬਿਹਤਰ ਬਣਾਇਆ ਜਾ ਸਕਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਨਿਊਯਾਰਕ। ਕੌਣ ਸਾਹਿਬ ਬੋਲ ਰਹੇ? ਮੋਹਨ ਸਿੰਘ। ਹਾਂਜੀ ਮੋਹਨ ਸਿੰਘ ਜੀ, ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਲੱਗਦਾ ਉੱਥੇ ਨਜ਼ਦੀਕ ਹੀ ਰਹਿੰਦੇ ਹੋ ਤੇ ਮੈਨੂੰ ਇੱਕ ਗੱਲ ਦਾ ਪਤਾ ਹੈ, ਮੈਂ ਜਿੱਥੇ ਤੱਕ ਸੁਣਿਆ ਮੈਂ ਕਹਿ ਨਹੀਂ ਸਕਦਾ, ਪਰ ਇਹ ਮੈਂ ਆਪ ਨਾਲ ਸਾਂਝੀ ਕਰਾਂ। ਪੁਰਾਣੇ ਸਿੰਘ ਇੱਕ ਕਿਹਾ ਜਾਂਦਾ ਸੀ ਕਿ ਉਹ ਮਿਆਨ ਵਿੱਚੋਂ ਸ੍ਰੀ ਸਾਹਿਬ ਨੂੰ ਤਾਂ ਹੀ ਕੱਢਦੇ ਸੀ ਜਦੋਂ ਉਸਨੂੰ ਵਰਤੋਂ ਵਿੱਚ ਲਿਆਉਣਾ ਹੋਏ, ਨਹੀਂ ਤਾਂ ਅਕਾਰਤ ਹੀ ਬਿਨਾਂ ਕਿਸੇ ਕਾਰਨ ਦੇ ਉਹ ਮਿਆਨ ਤੋਂ ਬਾਹਰ ਨਹੀਂ ਸੀ ਕੱਢਦੇ, ਬਲਕਿ ਜੇ ਲੋੜ ਪੈਂਦੀ ਸੀ ਉਹ ਥੋੜ੍ਹੀ ਜਿਹੀ ਬਾਹਰ ਕੱਢਦੇ ਸੀ, ਉਹਦੇ ਨਾਲ ਹੀ ਕੰਮ ਸਰ ਜਾਂਦਾ ਸੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ, ਥੈਂਕ ਯੂ। ਹੈਲੋ, ਸਾਡੀ ਅਸੀਂ ਇੱਕ ਬ੍ਰੇਕ ਲਵਾਂਗੇ ਔਰ ਉਸ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ।
ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਜਸ ਪੰਜਾਬੀ ਦੇ ਦਾਨਿਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸ੍ਰੀ ਸਾਹਿਬ ਦੇ ਬਾਰੇ ਅਸੀਂ ਆਪ ਜੀ ਨਾਲ ਵਿਚਾਰ ਸਾਂਝੇ ਕਰ ਰਹੇ ਸੀ। ਆਪ ਦੀਆਂ ਕਾਲਸ ਸਾਡੇ ਲਈ ਮਾਰਗ ਦਰਸ਼ਨ ਕਰਦੀਆਂ ਹਨ, ਬਹੁਤ ਕੀਮਤੀ ਹਨ। ਹੈਲੋ, ਹਾਂਜੀ ਲਾਮਾ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਛਾ ਲਾਮਾ ਸਾਹਿਬ, ਜਦੋਂ ਅਸੀਂ ਏਅਰਪੋਰਟ ਤੇ ਮੈਂ ਦੇਖਿਆ ਇੰਡੀਆ ਦੇ ਵਿੱਚ ਸਪੈਸ਼ਲੀ ਦਿੱਲੀ ਜੀ, ਉੱਥੇ ਨੋਟਿਸ ਲੱਗਾ ਹੁੰਦਾ। ਹਾਂਜੀ, ਜਿਹੜੇ ਸਿੱਖ ਆ ਉਹ ਐਜ ਪਰ ਕਨਸਟੀਟਿਊਸ਼ਨ ਦਾ ਆਰਟੀਕਲ ਸੋ ਐਂਡ ਸੋ ਜੀ, ਉਹ ਜਿਹੜੇ ਕਿਰਪਾਨ ਜਿਹੜੇ ਆ ਮਤਲਬ ਕਿ ਪਹਿਨ ਸਕਦੇ ਆ ਏਅਰਪੋਰਟ ਦੇ ਉੱਤੇ। ਹਾਂਜੀ ਹਾਂਜੀ, ਬੈਂਕਾਂ ਦੇ ਵਿੱਚ, ਸਟੇਟ ਬੈਂਕ ਆਫ ਇੰਡੀਆ 'ਚ ਵੀ ਮੈਂ ਦੇਖਿਆ ਜੀ ਹਾਂ, ਲੱਗਾ ਹੋਇਆ। ਤੇ ਫਿਰ ਇਹ ਜਿਹੜਾ ਅਫਸਰ ਆ ਜਾਂ ਦੇ ਨੇ ਲੋਕਲ ਲੈਵਲ ਤੇ ਕੀਤਾ ਅਣਜਾਣਪੁਣੇ ਦੇ ਵਿੱਚ, ਤੇ ਉਸ ਨੂੰ ਹੁਣ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਤਰ੍ਹਾਂ ਉਹਨੂੰ ਕਰਨਾ ਨਹੀਂ ਚਾਹੀਦਾ, ਜਦੋਂ ਕਿ ਸਪੈਸ਼ਲੀ ਜਦੋਂ ਏਅਰਪੋਰਟ ਤੇ ਨੋਟਿਸ ਲੱਗਾ ਹੁੰਦਾ ਕਿ ਕਿਰਪਾਨ ਪਹਿਨਣਾ ਸਿੱਖ ਦਾ ਹੱਕ ਆ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਤੇ ਦੂਸਰਾ ਇਹ ਹੈ ਕਿ ਜਿਹੜੀ ਕਿਰਪਾਨ ਆ ਆਪਣੇ ਗੁਰੂ ਸਾਹਿਬ ਨੇ ਇਹਨੂੰ ਕਈ ਨਾਵਾਂ ਦੇ ਨਾਲ ਆਪਣੀ ਬਾਣੀ ਚ ਬਿਆਨ ਕੀਤੀ, ਤੇਗ ਦੇ ਨਾਲ ਜੈ ਤੇਗਨ ਜੀ, ਤੇ ਕਿਰਪਾਨ ਵੀ ਲਿਖਿਆ, ਕਿਰਪਾਨ ਨਹੀਂ ਆ ਚਮਕੇ ਕਿਰਪਾਨ ਅਭੂਤੰਗ ਬਿਆਨ, ਨਾਟਕ ਦੇ ਇਸ ਤਰ੍ਹਾਂ ਲਿਖਿਆ ਗੁਰੂ ਸਾਹਿਬ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਲਖਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ ਹੈਲੋ, ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਕੌਣ ਬੋਲ ਰਹੇ ਜੀ? ਹਾਂਜੀ ਹਾਂਜੀ, ਕੌਣ ਸਾਹਿਬ ਬੋਲ ਰਹੇ? ਪਿਆਰਾ ਸਿੰਘ ਬੋਲਦਾ ਜੀ। ਕਿੱਥੋਂ ਵੀਰ ਜੀ? ਮਿਸਿਸਿਪੀ। ਹਾਂਜੀ, ਹੁਕਮ ਕਰੋ, ਕੀ ਕਹਿਣਾ ਚਾਹੁੰਦੇ? ਮੇਰਾ ਸੁਝਾਅ ਇਹ ਹੈ ਕਿ ਸੰਸਾਰ ਭਰ ਦੇ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਿੰਘ ਆਪਣੀ ਇੱਕ ਸਿਰਮੌਰ ਸਿੱਖ ਜਥੇਬੰਦੀ ਬਣਾਉਣ ਜੀ, ਜਿਸ ਦਾ ਆਪਣਾ ਵੱਖਰਾ ਦਫ਼ਤਰ ਹੋਵੇ, ਵੱਖਰਾ ਸਟਾਫ ਹੋਵੇ ਔਰ ਉਸਦਾ ਪੂਰਾ ਰਿਕਾਰਡ ਹੋਵੇ ਜੀ। ਜਿਵੇਂ ਵਿਸ਼ਵ ਹਿੰਦੂ ਪ੍ਰੀਸ਼ਤ ਕਰ ਰਹੀ ਹੈ ਜੀ, ਜਾਂ ਹੋਰ ਧਰਮਾਂ ਵਾਲੇ ਕਰ ਰਹੇ, ਇਹ ਧਾਰਮਿਕ ਮਸਲਾ ਜੀ। ਉਹ ਆਪੋ ਜਾਗਰੂਕ ਹੋ ਕੇ ਔਰ ਉਹਨਾਂ ਨੂੰ ਪੂਰੇ ਜਿਹੜੇ ਵਿੱਚ ਸਟਾਫ ਹੈ ਤੇ ਹੋਰ ਜਿਹੜੇ ਕਰਿੰਦੇ ਆ ਉਹ ਉੱਚ ਪੱਧਰ ਦੇ ਹੋਣੇ ਚਾਹੀਦੇ, ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਸਿੱਖ ਧਰਮ ਦੀਆਂ ਰਵਾਇਤਾਂ ਬਾਰੇ। ਠੀਕ ਹੈ ਜੀ ਠੀਕ। ਉਹ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਰਕਾਰਾਂ ਦੇ ਪਾਸ ਆਪਣੀ ਬਾਡੀ ਜਿਹੜੀ ਹੈ ਉਹ ਰਜਿਸਟਰ ਕਰਵਾਉਣ। ਠੀਕ ਹੈ। ਉਹਦੇ ਬਾਅਦ UNO ਤੱਕ ਉਹਨਾਂ ਦਾ ਜੋ ਹੈ ਉਹ ਲਿੰਕ ਬਣਿਆ ਹੋਵੇ, ਕੋਈ ਮਸਲਾ ਕਿਸੇ ਦੇਸ਼ ਵਿੱਚ ਕਿਸੇ ਗੌਰਮੈਂਟ ਵੱਲੋਂ ਜਾਂ ਕਿਸੇ ਜਥੇਬੰਦੀ ਵੱਲੋਂ ਉੱਠਦਾ ਸਿੱਖਾਂ ਦੇ ਖਿਲਾਫ ਜੀ, ਉਹ ਰਹਿਤ ਮਰਿਆਦਾ ਹੋਵੇ, ਕਕਾਰ ਹੋਵੇ, ਤੇ ਉਹਦੇ ਉੱਤੇ ਜੋ ਹੈ ਉਹ ਸਿਰਮੌਰ ਜਥੇਬੰਦੀ ਉਸ ਮਸਲੇ ਨੂੰ ਹੱਥ ਵਿੱਚ ਲੈ ਕੇ ਉਹ ਡੀਲ ਕਰੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਉਸ ਸੁਝਾਅ ਲਈ, ਜਿਹੜਾ ਕਿ ਉਮੀਦ ਹੈ ਕਿ ਇਹ ਸਾਰਿਆਂ ਨੇ ਇਸ ਨੂੰ ਉਸੇ ਪਰਿਪੇਖ ਵਿੱਚ ਲੈਣਗੇ। ਬਹੁਤ ਬਹੁਤ ਧੰਨਵਾਦ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਲੰਮਾ ਜੀ, ਮੈਂ ਤਰਲੋਕ ਸਿੰਘ ਸਾਂਸਾ ਬੋਲ ਰਿਹਾ ਜੀ, ਆਇਆਂ ਨੂੰ ਜੀ। ਥੈਂਕ ਯੂ ਜੀ ਮੇਰੀ ਕਾਲ ਲੈਣ ਦਾ। ਪਹਿਲਾਂ ਮੈਂ ਕਿਹਾ ਇਸ ਪ੍ਰੋਗਰਾਮ ਵਿੱਚ ਤੁਸੀਂ ਤੀਜੀ ਵਾਰ ਆਏ ਹੋ। ਨਹੀਂ ਯਾਰ, ਅੱਜ ਤਾਂ ਪਹਿਲੀ ਵਾਰੀ। ਨਹੀਂ ਨਹੀਂ, ਕੱਲ ਦਾ ਹੀ ਪ੍ਰੋਗਰਾਮ ਚੱਲ ਰਿਹਾ। ਹਾਂਜੀ, ਹੁਕਮ ਕਰੋ। ਕਿਰਪਾਨ ਦੇ ਬਾਰੇ ਮੈਂ ਤੁਹਾਨੂੰ ਦੋ ਲਫ਼ਜ਼ ਕਹਿਣਾ ਚਾਹੁੰਦਾ ਜੀ ਕਿ ਦੇਖੋ, ਕਿਰਪਾਨ ਜਦੋਂ ਗੁਰੂ ਮਹਾਰਾਜ ਨੇ ਸਾਧੂ ਕਰਵਾਈ ਆ, ਇਹ ਪ੍ਰੋਟੈਕਸ਼ਨ ਵਾਸਤੇ ਕਰਵਾਈ ਸੀ ਜੀ। ਅਸੀਂ ਇਹਨੂੰ ਬਾਅਦ ਚ ਰਿਲੀਜੀਅਸ ਸਿੰਬਲ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਅਸੀਂ ਦੂਸਰੇ ਮੁਲਕਾਂ ਚ ਆ ਗਏ ਜੀ, ਤੇ ਅਸੀਂ ਇਹਨਾਂ ਮੁਲਕਾਂ ਦੇ ਰੂਲ ਫਾਲੋ ਨਹੀਂ ਕਰਨਾ ਚਾਹੁੰਦੇ, ਤੇ ਕਿਰਪਾਨ ਅਸੀਂ ਕਹਿੰਦੇ ਕਿ ਅਸੀਂ ਹਰ ਜਗ੍ਹਾ ਲੈ ਕੇ ਜਾਣੀ ਆ।
ਇੱਥੇ ਤੱਕ ਕਿ ਇੰਡੀਆ 'ਚ ਸਾਨੂੰ ਪਾਰਲੀਮੈਂਟ 'ਚ ਲਿਜਾਣ ਨੂੰ ਨਾ ਹੈਗੀ ਆ, ਉੱਥੇ ਨਹੀਂ ਲਿਜਾ ਸਕੇ। ਅਸੀਂ ਚਾਹੁੰਦੇ ਹਾਂ ਕਿ ਦੁਨੀਆਂ 'ਚ ਅਸੀਂ ਕਿਰਪਾਨ ਪਾ ਕੇ ਜਿੱਥੇ ਮਰਜ਼ੀ ਘੁੰਮੀਏ ਜੀ। ਤੇ ਹੁਣ ਤੁਸੀਂ ਦੇਖ ਹੀ ਲਿਆ ਕਿ ਕਿਰਪਾਨ ਨੇ ਕਿੰਨੀਆਂ ਪ੍ਰੋਬਲਮ ਖੜੀਆਂ ਕੀਤੀਆਂ ਜੀ, ਇੰਨੇ ਗੁਰਦੁਆਰਿਆਂ ਦੇ ਅੰਦਰ ਮਰਡਰ ਹੋਏ ਨੇ ਜੀ, ਉਹ ਗੁਰਦੁਆਰੇ ਬੰਦ ਹੋ ਗਏ ਆ ਜੀ। ਕੀ ਅਸੀਂ ਕੁਛ ਇਸ ਨੂੰ ਚੇਂਜ ਨਹੀਂ ਕਰ ਸਕਦੇ? ਕਿਰਪਾਨ ਹਟਾ ਦਈਏ ਜਿਹੜੀ ਆ, ਕਿਰਪਾਨ ਦੀ ਜਗ੍ਹਾ ਕੁਛ ਹੋਰ ਕਰ ਦਈਏ, ਸੈਰਮਨੀ ਵਾਸਤੇ ਹੋਵੇ ਜੀ। ਅੱਛਾ, ਇਹ ਤੁਹਾਡਾ ਸੁਝਾਅ ਮੈਨੂੰ ਕਹਿ ਲੈਣ ਦੇਣਾ, ਤੁਹਾਨੂੰ ਮੁਬਾਰਕ ਹੋਏ। ਕੌਮ ਇਸ ਦੇ ਉੱਤੇ ਕੋਈ ਸਮਝੌਤਾ ਨਹੀਂ ਕਰ ਸਕਦੀ। ਕਿਰਪਾਨ ਕੇਵਲ ਸਵੈ ਰੱਖਿਆ ਲਈ ਨਹੀਂ, ਜੋ ਆਦੇਸ਼ ਹੈ, ਅਸੁਰ ਸੰਘਾਰਬੇ ਕੋ, ਦੁਰਜਨ ਕੇ ਮਾਰਬੇ ਕੋ, ਸੰਕਟ ਨਿਬਾਰਬੇ ਕੋ ਖਾਲਸਾ ਬਣਾਇਓ ਹੈ, ਇਹ ਮੱਸਾ ਰੰਗੜ ਵਰਗਿਆਂ ਨੂੰ ਸੋਧਣ ਲਈ ਵੀ ਵਰਤੀ ਜਾਂਦੀ ਹੈ। ਔਰ ਕਿਰਪਾਨ ਦੋ ਤਾਰਾ ਖੰਡਾ ਹੈ, ਇਹ ਦੋਨੋਂ ਪਾਸੇ ਚੱਲਦੀ ਹੈ। ਜਿਹੜਾ ਆਦੇਸ਼ ਗੁਰੂ ਸਾਹਿਬ ਨੇ ਦਿੱਤਾ ਹੈ, ਉਸ ਨੂੰ ਦੁਨੀਆ ਦੀ ਕੋਈ ਤਾਕਤ ਉਸ ਦੇ ਵਿੱਚ ਘਾਟਾ ਵਾਧਾ ਨਹੀਂ ਕਰ ਸਕਦੀ। ਸੰਸਰਾ ਸਾਹਿਬ, ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਰਾਮਾ, ਹਾਂਜੀ, ਰਾਜਕੁਮਾਰ ਜੀ, ਜੀ ਆਇਆਂ ਨੂੰ। ਮੈਂ ਗੱਲ ਕਹੀ ਆ ਜੀ, ਜਿਵੇਂ ਕਿ ਸਿੱਖ ਦੀ ਪਹਿਚਾਣ ਨਜ਼ਰ ਆ ਜਾਂਦੀ ਹੈ ਜੀ, ਸਿੱਖ ਜਿਹੜਾ ਸੰਪੂਰਨ ਸਿੱਖ ਜਿਹੜਾ ਹੈ ਉਹ ਕਿਰਪਾਨ ਤੋਂ ਬਿਨਾਂ ਅਧੂਰਾ ਜੀ। ਕੱਚਾ ਕੰਘਾ ਕੜਾ ਜੀ, ਕਿਰਪਾਨ ਜੀ, ਪੰਜ ਜਿਹੜੇ ਹੈ ਇਹਨਾਂ ਤੋਂ ਬਿਨਾਂ ਕੋਈ ਵੀ ਇੱਕ ਘੱਟ ਜਾਂਦਾ ਹੈ ਇਹਦੇ ਵਿੱਚੋਂ ਕੱਕਾ, ਤੇ ਉਹ ਸਿੱਖ ਜਿਹੜਾ ਸੰਪੂਰਨ ਸਿੱਖ ਨਹੀਂ ਜੀ। ਕਿਆ ਮੇਰੇ ਭਾਜੀ ਤੋਂ ਨੀ, ਮੈਂ ਸਮਝ ਨੀ, ਮੈਂ ਚਲੋ ਮੈਂ ਰੱਬ ਮਾਫ ਕਰੇ, ਤੇ ਮੈਂ ਤੇ ਇਹ ਕਹੂੰਗਾ ਕਿ ਇਹ ਜਿਹੜਾ ਹੈ ਇਹ ਤੇ ਮਸਲਾ ਹੈ ਜੀ। ਤੇ ਦੂਸਰੀ ਗੱਲ ਇਹ ਆ ਕਿ ਕੁਝ ਭਖਦੇ ਮੁੱਦੇ ਵੀ ਲੈ ਕੇ ਆ। ਠੀਕ ਹੈ ਜੀ, ਠੀਕ ਹੈ ਜੀ, ਅੱਜ ਦਾ ਮੁੱਦਾ ਸਾਨੂੰ ਕਰ ਲੈਣ ਦਿਓ, ਬਹੁਤ ਬਹੁਤ ਧੰਨਵਾਦ ਤੁਹਾਡਾ। ਜਿਵੇਂ ਦੂਸਰਾ ਮੁੱਦਾ ਚੱਲ ਰਿਹਾ, ਲੋਕੀ ਉਹ ਵੀ ਉਠਾਈ ਜਾਂਦੇ ਆਪਣਾ, ਠੀਕ ਹੈ, ਨਫਰਾਂ ਦਾ, ਹਾਂਜੀ ਠੀਕ ਹੈ, ਥੈਂਕ ਯੂ। ਕਈ ਚੁੱਕੀ ਜਾਂਦੇ, ਬਟ ਤੁਸੀਂ ਥੋੜੇ ਨਵੇਂ ਇੱਕ ਵਿੱਚ ਨਵਾਂ ਲੈ ਆਂਦਾ, ਬਹੁਤ ਅੱਛਾ ਜੀ, ਸ਼ੁਕਰੀਆ, ਹਾਂਜੀ, ਤੁਸੀਂ ਜ਼ਿਆਦਾ ਜੁੜੇ ਹੋ ਖਬਰਾਂ ਦੇ ਨਾਲ। ਠੀਕ ਹੈ ਜੀ, ਧੰਨਵਾਦ ਤੁਹਾਡਾ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ ਹਾਂਜੀ, ਇੱਕ ਮਿੰਟ, ਹਾਂ, ਨਹੀਂ ਨਹੀਂ, ਇੱਕ ਮਿੰਟ ਰੁਕਾਂਗਾ ਨਹੀਂ, ਜੋ ਕਹਿਣਾ ਕਹੋ। ਹਾਂਜੀ, ਬੁਲਾਉਣ ਗਏ ਹੋ ਕਿਸੇ ਨੂੰ? ਹਾਂਜੀ ਹਾਂਜੀ। ਨਹੀਂ ਨਹੀਂ, ਇੱਦਾਂ ਨਾ ਕਰਿਆ ਕਰੋ ਨਾ, ਦੁਬਾਰਾ ਕਾਲ ਕਰ ਲੈਣਾ। ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗਗਨਦੀਪ ਸਿੰਘ ਬੋਲ ਰਿਹਾ ਜੀ, ਕੈਨੇਡਾ ਤੋਂ। ਹਾਂਜੀ ਗਗਨਦੀਪ ਸਿੰਘ ਜੀ, ਜੀ ਆਇਆਂ ਨੂੰ। ਮੈਂ ਕਾਫੀ ਦੇਰ ਤੋਂ ਤੁਹਾਡੇ ਵਿਚਾਰ ਸੁਣ ਰਿਹਾ ਸੀਗਾ, ਤੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਸੀਗਾ, ਜੋ ਅੱਜ ਕੱਲ ਦੇ ਕਿਰਪਾਨ ਦਾ ਯੂਜ਼ ਹੋ ਰਿਹਾ ਜੋ ਗੁਰਦੁਆਰਿਆਂ ਦੇ ਵਿੱਚ ਕਿਤੇ ਹੋਰ ਜੀ, ਉਸ ਤੋਂ ਇਲਾਵਾ ਹੁਣ ਇੱਕ ਭਾਈ ਸਾਹਿਬ ਨੇ ਗੱਲ ਕੀਤੀ ਸੀ ਸਿੰਬੋਲਿਕ ਦੀ, ਕਿ ਇਹਨੂੰ ਐਜ਼ ਅ ਸਿੰਬਲ ਕਰਕੇ ਇਹਨੂੰ ਤੁਸੀਂ ਟੋਟਲੀ ਆਫ ਦਾ ਰਿਕਾਰਡ ਰਿਜੈਕਟ ਕਰਤਾ, ਬਟ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਰਾਦਰ ਦੈਨ ਬੀਂਗ ਯੂਜ਼ਡ ਐਜ਼ ਅ ਵੈਪਨ, ਨੋ ਡਾਊਟ ਸਾਨੂੰ ਦਿੱਤੀ ਗਈ ਸੀਗੀ, ਬਟ ਐਕਸੈਪਟ ਵੈਪਨ ਇਹਦਾ ਕੋਈ ਯੂਜ਼ ਅੱਜ ਦੀ ਡੇਟ ਵਿੱਚ ਜਿਹੜੇ ਗੁਰਦੁਆਰੇ ਦੀਆਂ ਕਮੇਟੀਆਂ ਹੈ ਜਾਂ ਕੁਛ ਹੋਰ ਹੈ, ਹੋਰ ਕੋਈ ਬੰਦਾ ਇਹਨੂੰ ਕਿੱਥੇ ਯੂਜ਼ ਕਰ ਰਿਹਾ? ਜੀ ਜੀ, ਸਭ ਤੋਂ ਪਹਿਲਾਂ ਜਿਹੜਾ ਇਸਦਾ ਇਸਤੇਮਾਲ ਹੈ ਉਹ ਗੁਰੂ ਦੇ ਹੁਕਮ ਨੂੰ ਮੰਨਣ 'ਚ ਹੈ। ਜੇਕਰ ਇਹ ਕਹਿ ਲਿਆ ਜਾਏ ਕਿ ਇਹਦਾ ਹੁਣ ਕੋਈ ਯੂਜ਼ ਨਹੀਂ ਰਿਹਾ, ਤਾਂ ਤੁਸੀਂ ਦੇਖੋਗੇ ਅਜੇ ਵੀ ਜਿਹੜੀਆਂ ਬੈਸਟ ਆਰਮੀਜ਼ ਹੈ ਉਹਨਾਂ ਦੀ ਰਾਈਫਲ ਦੇ ਅੱਗੇ ਬੈਨਟ ਲੱਗਾ ਹੁੰਦਾ, ਹਾਲੇ ਵੀ ਲੱਗਾ। ਇਹ ਜਿਹੜਾ ਇਸਦਾ ਆਪਣਾ ਅਰਥ ਹੈ, ਅਗਰ ਇਸਦਾ ਯੂਜ਼ ਨਹੀਂ ਹੋ ਸਕਦਾ, ਅਗਰ ਇਹ ਕਿਸੇ ਕੰਮ ਦੀ ਨਹੀਂ ਰਹੀ, ਫਿਰ ਇਸ ਦੇ ਉੱਤੇ ਬੈਨ ਲਗਾਉਣ ਦੀ ਵੀ ਲੋੜ ਨਹੀਂ ਰਹਿ ਜਾਏਗੀ।
ਸੋ ਇਹ ਗੁਰੂ ਦਾ ਆਦੇਸ਼ ਹੈ, ਇਸ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ ਹੁਕਮ ਕਰੋ, ਦੱਸੋ ਕੀ ਕਹਿਣਾ ਚਾਹੁੰਦੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਲਾਂਬਾ ਸਾਹਿਬ ਜੀ, ਵਾਹਿਗੁਰੂ ਜੀ ਕੀ ਫਤਿਹ, ਕੌਣ ਬੋਲ ਰਹੇ ਜੀ? ਮੈਂ ਜੀ ਬਲਿੰਦਰ ਸਿੰਘ ਬੋਲਾਂ ਨਿਊਯਾਰਕ ਸਰ। ਹਾਂਜੀ ਹੁਕਮ ਕਰੋ ਸਰ। ਜੇ ਗੁਰੂ ਘਰਾਂ ਚ ਜਿਹੜੇ ਝਗੜੇ ਚੱਲਦੇ ਨੇ, ਜਿਹੜੀ ਇਹ ਘਮਸਾਨ ਦਾ ਯੁੱਧ ਚੱਲਦਾ ਜੀ, ਜੀ ਇਹ ਨਹੀਂ ਚੱਲਣਾ ਚਾਹੀਦਾ। ਜੋ ਵੀ ਇਹਨਾਂ ਜੋ ਬੰਦੇ ਆ, ਇਹਨਾਂ ਨੂੰ ਪਾਸੇ ਕਰਕੇ ਤੇ ਸੰਗਤ ਦੇ ਹੱਥ ਮੁੱਦਾ ਦੇਣਾ ਚਾਹੀਦਾ ਜੀ। ਹਾਂਜੀ ਠੀਕ ਹੈ, ਜਿਹੜੀ ਕਿ ਇਹਨਾਂ ਦੀ ਲੜਾਈ ਖਤਮ ਹੋ ਜਾਏ, ਨਾ ਕਿਸੇ ਨੂੰ ਕੋਈ ਝਗੜਾ ਕਰੇ, ਨਾ ਕੋਈ ਲੜੇ, ਨਾ ਲੜਾਈ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਕਰੇ ਤੁਹਾਡੀ ਭਾਵਨਾ ਜਿਹੜੀ ਹੈ ਉਹ ਸੁਨੇਹਾ ਪਹੁੰਚੇ। ਹੈਲੋ 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 ਹਾਂਜੀ ਲਾਂਬਾ ਸਾਹਿਬ ਵਾਹਿਗੁਰੂ ਖਾਲਸਾ ਵੀਰ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਕਰੋ, ਕੌਣ ਬੋਲ ਰਹੇ? ਪ੍ਰਵੀਰ ਸਿੰਘ ਸੰਧੂ ਬੋਲ ਰਿਹਾ ਕੈਲੀਫੋਰਨੀਆ ਤੋਂ। ਹਾਂਜੀ ਸੰਧੂ ਸਾਹਿਬ ਜੀ ਆਇਆਂ ਨੂੰ। ਠੀਕ ਹੈ ਜੀ, ਹੁਣੇ ਹੁਣੇ ਇੱਕ ਭਾਈ ਸਾਹਿਬ ਨੇ ਕਿਹਾ ਹੈ ਕਿ ਸਿੱਖਾਂ ਨੂੰ ਕਿਰਪਾਨ ਚਾਹੀਦੀ ਨਹੀਂ ਤੇ ਫਿਰ ਇੰਨਾ ਵਧੀਆ ਹੈ ਤੇ ਇੰਨਾ। ਮੈਨੂੰ ਲੱਗ ਰਿਹਾ ਇਹਨਾਂ ਨੇ ਜ਼ਿਆਦਾ ਸੁਖਬੀਰ ਬਾਦਲ ਨੂੰ ਫਾਲੋ ਕਰ ਰਹੇ ਹੈ, ਕਿਉਂਕਿ ਉਹਨੇ ਉੱਤੋਂ ਉੱਤੋਂ ਅੰਮ੍ਰਿਤ ਛਕਿਆ ਤੇ ਕਿਰਪਾਨ ਪਾਉਂਦਾ ਨਹੀਂ। ਚਲੋ ਠੀਕ ਹੈ ਜੀ, ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਲਾਂਬਾ ਸਾਹਿਬ, ਮੈਂ ਦੁਬਾਰਾ ਆਇਆ। ਹਾਂਜੀ ਹਾਂਜੀ, ਮੈਂ ਇਹ ਕਰਨਾ ਚਾਹੁੰਦਾ ਸੀ ਕਿ ਇੰਡੀਅਨ ਪਾਰਲੀਮੈਂਟ ਦੇ ਵਿੱਚ ਜਿਹੜੇ ਕਤਰੇ ਵਾਲੀ ਕਿਰਪਾਨ ਆ ਉਹਨੂੰ ਲਿਜਾਣ ਦਾ ਕੋਈ ਬੈਨ ਨਹੀਂ ਹੈਗਾ? ਨਹੀਂ ਹੈਗਾ, ਦੂਜੀ ਤੇ ਵੀ ਬੈਨ ਨਹੀਂ ਹੈਗਾ ਜੀ। ਕਿਰਪਾਨ ਜਿਹੜੀ ਆ ਉਹ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਲੈ ਕੇ ਜਾਣ ਦਿੱਤਾ। ਠੀਕ ਹੈ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਕੀ ਕਹਿਣਾ ਚਾਹੁੰਦੇ ਹੋ ਦੱਸੋ। ਮੈਂ ਕਹਿਣਾ ਚਾਹੁੰਦਾ ਸੀ ਉਹ ਇੱਕ ਚੌਧਰੀ ਆ, ਉਹਨੂੰ ਉਹਨੇ ਪਾਈਪ ਭੇਜੇ ਗਲਤ ਸਾਨੂੰ। ਹੈ ਜੀ ਪਾਈਪ ਭੇਜਦੇ ਗਲਤ, ਉਹਨੂੰ ਕਹੇ ਸੀ ਦੂਜੇ ਦਾ ਨੇ ਭੇਜਦੇ ਦੂਜੇ। ਅੱਛਾ, ਉਹ ਤੁਹਾਡੇ ਪਾਈਪ ਜਿਹੜੇ ਆ ਉਹ ਪਤਾ ਨਹੀਂ ਸਾਡੇ ਕੋਲ ਕਿੱਦਾਂ ਇਹ ਚਿੱਠੀ ਗਲਤ ਪਹੁੰਚ ਗਈ। ਅੱਜ ਦਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਅਖੀਰ ਦੇ ਵਿੱਚ ਸਿਰਫ ਦੋ ਗੱਲਾਂ ਕਹਿਣੀਆਂ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਹੈ, ਇੱਕ ਦਫਾ ਮਹਾਤਮਾ ਗਾਂਧੀ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਚਿੱਠੀ ਵਿੱਚ ਲਿਖਿਆ ਸੀ। ਦਰਅਸਲ ਉਹਨਾਂ ਨੇ ਸਾਫ਼ ਲਫ਼ਜ਼ਾਂ ਵਿੱਚ ਲਿਖਿਆ ਸੀ ਕਿ ਜਿਹੜੇ ਬੰਦੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਵਿੱਚ ਯਕੀਨ ਰੱਖਦੇ ਹਨ ਉਹਨਾਂ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ। ਔਰ ਉਹਨਾਂ ਨੇ ਇਹ ਲਿਖਿਆ ਕਿ ਮੈਂ ਤਾਂ ਐਸੇ ਦੇਸ਼ ਦੀ ਮੇਰੇ ਮਨ ਦੇ ਵਿੱਚ ਚਾਹਤ ਹੈ, ਮੇਰੇ ਦੇਸ਼ ਵਿੱਚ ਸੁਪਨਾ ਹੈ, ਮੇਰੇ ਮਨ ਵਿੱਚ ਸੁਪਨਾ ਹੈ ਜਿਸ ਦੇਸ਼ ਵਿੱਚ ਫੌਜ ਨਾ ਹੋਏ, ਪੁਲਿਸ ਨਾ ਹੋਏ। ਮਾਸਟਰ ਜੀ ਨੇ ਜਵਾਬ ਦਿੱਤਾ ਸੀ, ਜੇਕਰ ਕਿਧਰੇ ਐਸਾ ਸੰਭਵ ਹੋਏ ਕਿਸੇ ਦੇਸ਼ ਵਿੱਚ ਕਿ ਉੱਥੇ ਪੁਲਿਸ ਦੀ ਔਰ ਫੌਜ ਦੀ ਲੋੜ ਨਾ ਹੋਏ ਤਾਂ ਫਿਰ ਮੈਨੂੰ ਲੱਗਦਾ ਉੱਥੇ ਸਰਕਾਰ ਦੀ ਵੀ ਲੋੜ ਨਹੀਂ ਹੈ। ਸਰਕਾਰ ਦੀ ਲੋੜ ਹੈ ਹਰ ਕਿਸੇ ਨੂੰ ਕਾਇਮ ਰੱਖਣ ਲਈ, ਇਹ ਡਿਸਿਪਲਿਨ ਲਈ ਇਹ ਜ਼ਰੂਰੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਦੂਸਰੀ ਗੱਲ, ਇੱਕ ਦਫਾ ਕਿਹਾ ਜਾਂਦਾ ਕਿ ਕੋਈ ਚੂੜੀਆਂ ਲੈ ਕੇ ਵੇਚਣ ਲਈ ਜਾ ਰਿਹਾ ਸੀ ਔਰ ਉਸਨੇ ਟੱਕੀਆਂ ਹੋਈਆਂ ਸੀ, ਕਿਸੇ ਪੁਲਿਸ ਵਾਲੇ ਨੇ ਡੰਡਾ ਮਾਰਿਆ, ਪੁੱਛਿਆ ਇਹਦੇ ਵਿੱਚ ਕੀ ਹੈ, ਕਹਿਣ ਲੱਗਾ ਜੇ ਇੱਕ ਵਾਰੀ ਹੋਰ ਮਾਰਿਆ ਤਾਂ ਕੁਝ ਵੀ ਨਹੀਂ ਹੈ। ਇਹ ਕਹਿਣ ਲੈ ਦਿੱਤਾ ਜਾਏ, ਕਿਰਪਾਨ ਇੱਕ ਸਾਡਾ ਚਿੰਨ੍ਹ ਹੈ, ਸਾਡਾ ਹੱਕ ਹੈ, ਗੁਰੂ ਦੀ ਬਖਸ਼ਿਸ਼ ਹੈ, ਪਰ ਅਸੀਂ ਕਿਰਪਾਨ ਦੇ ਲਈ ਲੜੀਏ, ਕਿਰਪਾਨ ਨਾਲ ਨਾ ਲੜੀਏ।
ਆਪਸ ਵਿੱਚ ਇਕੱਠੇ ਹੋ ਕੇ ਕਿਰਪਾਨ ਲਈ ਲੜੀਏ, ਕਿਰਪਾਨ ਦੇ ਨਾਲ ਨਾ ਲੜੀਏ। ਜੇਕਰ ਇਹ ਨਹੀਂ ਹੋਏਗਾ, ਐਸਾ ਨਾ ਹੋਏ ਕਿ ਅਸੀਂ ਬਾਹਰ ਦੀ ਗੱਲ ਕਰਦੇ ਕਰਦੇ ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਇਸ ਨੂੰ ਬੈਨ ਕਰਵਾ ਲਈਏ। ਇਹ ਬਹੁਤ ਹੀ ਗੰਭੀਰ ਸੁਨੇਹਾ ਹੈ ਔਰ ਬਿਨਾਂ ਪੱਖਪਾਤ ਦੇ ਹਰ ਕਿਸੇ ਲਈ ਅੱਜ ਇਸ ਮੁੱਦੇ ਨੂੰ ਇਸ ਪਰਿਪੇਖ ਵਿੱਚ ਸੋਚਣ ਦੀ ਲੋੜ ਹੈ। ਆਪ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਈਮੇਲ ਕਰਨਾ info@jaspunjabi.com, lamba@jaspunjabi.com। ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਕਰਾਂਗੇ। ਕੱਲ੍ਹ ਇੱਕ ਹੋਰ ਮੁੱਦਾ ਲੈ ਕੇ ਆਪ ਦੀ ਸੇਵਾ ਵਿੱਚ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।